बरनाला मोगा रोड उत्ते पिंड उगोगे विच होई फैक्ट्री विच आग कांड विच तीन मजदूरां दी सड़के मौत हो गई। इस मामले विच ज्यादा जानकारी दिंदे हुए बरनाले दे डिप्टी कमिश्नर धर्मपाल गुप्ता ने पुष्टि करदे हुए कहा कि लाशां दे वारसां नूं मुआवजा दिवाउण दे लई पंजाब सरकार नूं लिख के भेजा जाएगा। इस संबंधी बरनाले दे SSP हरजीत सिंह ने दस्सिया कि इस आग कांड विच तीन लोकां जिन्हां दी मौत हुई है जिन्हां दी पहचान साधु सिंह चीमा, सिकंदर सिंह, जगजीत सिंह दे रूप विच हुई है। उन्होंने कहा कि इस आग कांड दे विच जो भी आरोपी पाया जाएगा उसके खिलाफ कानूनी कार्रवाई की जाए। ਇਹਦੇ ਬਾਰੇ ਆਲਰੇਡੀ ਸਾਡੇ ਅਫਸਰ ਲੱਗੇ ਹੋਏ ਨੇ ਕਿ ਇਹਦਾ ਕਾਰਨ ਕੀ ਹੈਗਾ, ਲੇਕਿਨ ਜੋ ਜਿਹੜੇ ਆਪਣੇ ਪਰਿਵਾਰਾਂ ਨੂੰ ਇਸਦਾ ਨੁਕਸਾਨ ਹੋਇਆ ਉਹਦਾ ਅਸੀਂ ਸਰਕਾਰ ਨੂੰ ਲਿਖ ਕੇ ਜੋ ਵੀ ਸਰਕਾਰ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਜੋ ਵੀ ਮਦਦ ਮਿਲੇਗੀ ਉਹ ਜ਼ਰੂਰ ਦਿੱਤੀ ਜਾਵੇ। ਅਜੇ ਤੱਕ ਸਾਨੂੰ ਜੋ ਪੁਲਿਸ ਵੱਲੋਂ ਦੱਸਿਆ ਕਿ ਵੀ ਤਿੰਨ ਬੰਦਿਆਂ ਦੀ ਪਤਾ ਲੱਗ ਚੁੱਕਿਆ ਹੈ ਅਤੇ ਤਿੰਨ ਹੀ ਹੋਣਗੇ, ਮੈਨੂੰ ਲੱਗਦਾ ਨਹੀਂ ਇਸ ਤੋਂ ਜ਼ਿਆਦਾ, ਪਰ ਦੇ ਆਰ ਫਾਈਂਡਿੰਗ ਇਟ ਆਊਟ, ਦੇਖ ਰਹੇ ਨੇ ਸਰ, ਲੱਭ ਰਹੇ ਸਰ। ਨੈਗਲੀਜੈਂਸ ਤਾਂ ਜੇ ਕਰ ਰਹੇ ਨਾ, ਸਾਰੀ ਇਨਕੁਆਇਰੀ ਕਰ ਰਹੇ ਨੇ ਅਫਸਰ, ਫਾਈਂਡ ਆਊਟ ਕਰਕੇ ਦੱਸਣਗੇ ਜਿਹਦੀ ਨੈਗਲੀਜੈਂਸ ਹੋਈ। ਇਹ ਫੈਕਟਰੀ ਗੈਰ ਕਾਨੂੰਨੀ ਜਾਂ ਗਲਤ ਢੰਗ ਨਾਲ ਬਿਨਾਂ ਇਹ ਸਾਰਾ ਕੁਛ ਹੀ ਇਨਕੁਆਇਰੀ ਜਿਹੜੀ ਹੈ SDM ਸਾਹਿਬ ਕਰਕੇ ਮੈਨੂੰ ਦੱਸਣ। ਜੋ ਵੀ ਸਾਡੇ ਨੋਟਿਸ ਆਉਂਦਾ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ, ਜਦੋਂ ਵੀ ਤੁਸੀਂ ਦੱਸਦੇ ਹੋ ਕੋਈ ਵੀ ਦੱਸਦਾ ਅਸੀਂ ਤੁਰੰਤ ਕਾਰਵਾਈ ਕਰਦੇ। ਹਾਲੇ ਤੱਕ ਜੋ ਪਤਾ ਚੱਲਿਆ ਹੈਗਾ, ਤਿੰਨ ਲੋਕਾਂ ਦੇ ਬਾਰੇ 'ਚ ਪਤਾ ਚੱਲਿਆ ਕਿ ਜਿਨ੍ਹਾਂ ਦੀ ਮੌਤ ਹੋਈ ਹੈ ਇੱਥੇ, ਅਤੇ ਹੁਣ ਤੱਕ ਦੇ ਜੋ ਇਹਨਾਂ ਨੇ ਗੱਲ ਕੀਤੀ ਹੈ ਰਜਿਸਟਰ ਵਗੈਰਾ ਜਾਂ ਡਾਕੂਮੈਂਟਸ ਇੱਥੋਂ ਜਿਹੜੇ ਮਿਲੇ ਹੈ ਉਹਨਾਂ ਮੁਤਾਬਕ ਤਿੰਨ ਹੀ ਵਿਅਕਤੀ ਲਾਪਤਾ ਪਾਏ ਗਏ, ਔਰ ਜੋ ਵੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਏਗੀ ਉਹ ਕਰਾਂਗੇ। ਥੈਂਕ ਯੂ। ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।